ਪਰਮ ਸਤਿਕਾਰਯੋਗ ਸਾਧ ਸੰਗਤ ਜੀ ਸਾਰੇ ਹੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਂ ਸ੍ਰੀ ਸਤਗੁਰੂ ਰਾਮ ਸਿੰਘ ਜੀ ਤਾਂ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਤਾਂ ਸ੍ਰੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਸਿਰਲੇਖ ਹੈ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਇਹ ਸਾਖੀ ਸੰਬੰਧਿਤ ਹੈ ਮਾਤਾ ਹਰਬੰਸ ਕੌਰ ਜੀ ਮੰਡੀ ਹਿਮਾਚਲ ਪ੍ਰਦੇਸ਼ ਮਾਤਾ ਹਰਬੰਸੌਰ ਜੀ ਨੇ ਜਪ ਪ੍ਰਯੋਗ ਦੇ ਦਿਨਾਂ ਵਿੱਚ ਸਭ ਮਾਈਆਂ ਨੂੰ ਠਾਉਣ ਦੀ ਡਿਊਟੀ ਲੈ ਲੈਣੀ ਆਪ ਜਪੈ ਅਵਰੈ ਨਾਮ ਜਪਾਵੇ ਵਾਲੀ ਗੱਲ ਸਵੇਰੇ ਸਵੇਰੇ 2 ਵਜੇ ਢੋਲਕੀ ਲੈ ਕੱਲੇ ਨਹੀਂ ਢੋਲਕੀ ਵਜਾਉਣੀ ਗਲੀਆਂ ਵਿੱਚ ਜਿਨਨੇ ਵੀ ਢੋਲਕੀ ਵੱਜਦੀ ਸੁਣਨੀ ਉਹਨਾਂ ਨੇ ਕਹਿਣਾ ਕਿ ਬੀਬੀ ਹਰਬੰਸੌਰ ਬੀਬੀਆਂ ਨੂੰ ਠਾਣ ਆਈ ਹੈ ਇੱਕ ਮੁੰਡਾ ਸਵੇਰਸਾਰ ਬਾਹਰ ਬੈਠ ਕੇ ਪੜਦਾ ਹੁੰਦਾ ਸੀ ਉਹ ਮੁੰਡੇ ਨੇ ਦੱਸਿਆ ਕਿ ਜਦੋਂ ਮਾਤਾ ਜੀ ਢੋਲਗੀ ਵਜਾ ਕੇ ਲੰਘਦੇ ਹਨ ਤੇ ਇਹਨਾਂ ਦੇ ਪਿੱਛੇ-ਪਿੱਛੇ ਇੱਕ ਬੜਾ ਉੱਚਾ ਲੰਮਾ ਸਿੱਖ ਚਿੱਟੇ ਕੱਪੜਿਆਂ ਵਾਲਾ ਵੀ ਤੁਰਦਾ ਹੈ ਫਿਰ ਉਸ ਲੜਕੇ ਨੇ ਧਰਮਸ਼ਾਲਾ ਆ ਕੇ ਸਤਗੁਰੂ ਰਾਮ ਸਿੰਘ ਜੀ ਦੀ ਤਸਵੀਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਹੀ ਹਨ ਜਿਹੜੇ ਮਾਤਾ ਹਰਬੰਸਕੌਰ ਦੇ ਪਿੱਛੇ-ਪਿੱਛੇ ਤੁਰਦੇ ਹਨ ਮਾਤਾ ਹਰਬੰਸਕੌਰ ਬਿਹਾਲ ਹੋ ਗਈ ਮਸਤਾਨੀ ਬਿਰਤੀ ਵਿੱਚ ਰਾਤ ਦਿਨ ਸ਼ਬਦ ਪੜਿਆ ਕਰੇ ਕਿ ਤੂੰ ਸਾਨੂੰ ਦਰਸ਼ਨ ਕਿਉਂ ਨਹੀਂ ਦਿੰਦਾ 1984 ਦੇ ਦੰਗਿਆਂ ਦੀ ਗੱਲ ਹੈ ਮੰਡੀ ਤੋਂ ਕਾਫੀ ਸਾ ਸੰਗਤ ਸ਼੍ਰੀ ਭੈਣੀ ਸਹਿਬ ਆ ਗਈ ਸਾਗੂ ਜਗਜੀਤ ਸਿੰਘ ਜੀ ਆਪ ਬਾਹਰ ਕਿਤੇ ਦੌਰੇ ਤੇ ਜਾ ਰਹੇ ਸਨ ਜਾਂਦਿਆਂ ਠਾਕੁਰ ਜੀ ਨੂੰ ਹੁਕਮ ਘਰ ਕੇ ਗਏ ਮੰਡੀ ਵਾਲੀਆਂ ਬੀਬੀਆਂ ਨੇ ਸਾਡੀ ਬਹੁਤ ਸੇਵਾ ਕੀਤੀ ਹੋਈ ਹੈ ਤੇ ਤੁਸੀਂ ਇਹਨਾਂ ਦੀ ਬਹੁਤ ਸੇਵਾ ਕਰਨੀ ਹੈ ਮੰਡੀ ਵਾਲੀਆਂ ਮਾਈਆਂ ਨੇ ਹੱਥਾਂ ਨਾਲ ਹੀ ਤਾਲੀਆਂ ਵਜਾ ਵਜਾ ਕੇ ਸ਼ਬਦ ਪੜ੍ਹੇ ਇਹਨਾਂ ਦੀ ਲਗਨ ਵੇਖਦਿਆਂ ਬੀਬੀ ਹਰਵੰਸ ਕੌਰ ਜੀ ਨੂੰ ਲੋਹ ਤੇ ਬੈਠਿਆ ਸੇ ਸਤਿਗੁਰੂ ਰਾਮ ਸਿੰਘ ਜੀ ਨੇ ਆਣ ਦਰਸ਼ਨ ਦਿੱਤੇ ਬੀਬੀ ਮਸਤਾਨੀ ਹੋ ਗਈ ਉੱਚੀ ਉੱਚੀ ਕਹਿਣ ਲੱਗੀ ਤਾਨ ਸਤਿਗੁਰੂ ਰਾਮ ਸਿੰਘ ਜੀ ਤਾਨ ਸਤਿਗੁਰੂ ਰਾਮ ਸਿੰਘ ਜੀ ਇੱਕ ਖੁੱਡੇ ਵਿੱਚ ਪਈ ਟੁੱਟੀ ਹੋਈ ਢੋਲ ਕੀ ਵੱਲ ਇਸ਼ਾਰਾ ਕਰਦਿਆਂ ਸਤਿਗੁਰੂ ਹੁਕਮ ਕੀਤਾ ਬੀਬੀ ਨੂੰ ਉਹ ਜਿਹੜੀ ਢੋਲਗੀ ਪਈ ਹੈ ਉਸ ਨੂੰ ਪੂੜੇ ਪਵਾ ਕੇ ਉਹ ਢੋਲਗੀ ਤੇ ਛੈਣੇ ਬੀਬੀ ਨੂੰ ਦੇਓ ਬੀਬੀ ਢੋਲਗੀ ਛੈਣੇ ਵਜਾ ਕੇ ਸ਼ਬਦ ਕੀਰਤਨ ਕਰੇ ਅਗਲਾ ਦਿਨ ਹੋਇਆ ਤਾਂ ਬੀਬੀ ਹਰਬੰਸ ਘਰ ਨੂੰ ਇੱਕ ਸਿੱਖ ਸਾਜ ਲੈ ਕੇ ਲਬਦਾ ਫਿਰੇ ਮਾਈਆਂ ਨੇ ਦੱਸਿਆ ਕਿ ਮਾਤਾ ਰਵੰਸਕੌਰ ਉੱਧਰ ਲੰਗਰ ਵਾਲ ਹੈ ਸਿੱਖ ਲੰਗਰ ਵਿੱਚ ਆਇਆ ਪੁੱਛਿਆ ਆਪ ਹੀ ਉਹ ਮਾਤਾ ਰਵੰਸਕੌਰ ਬੀਬੀ ਜੀ ਨੇ ਕਿਹਾ ਜੀ ਹਾਂ ਤਾਂ ਉਸ ਸਿੱਖ ਨੇ ਢੋਲ ਕੀ ਤੇ ਛੈਣੇ ਬੀਬੀ ਜੀ ਨੂੰ ਫੜਾ ਦਿੱਤੇ ਸਿੱਖ ਉੱਥੋਂ ਚਲਾ ਗਿਆ ਇਹ ਤੇ ਪਤਾ ਨਹੀਂ ਸਤਗੁਰ ਰਾਮ ਸਿੰਘ ਜੀ ਹੀ ਕੋਈ ਰੂਪ ਧਾਰ ਸਾਜਦੇ ਗਏ ਸਨ ਇੰਨੀ ਕਿਰਪਾ ਹੈ ਬੀਬੀ ਜੀ ਤੇ ਸਤਗੁਰ ਜੀ ਦੀ ਬੀਬੀ ਅਰਵੰਸਕੌਰ ਜੀ ਦਾ ਪੇਕਾ ਪਰਵਾਰਸ਼ੀ ਸਤਗੁਰ ਰਾਮ ਸਿੰਘ ਜੀ ਦੇ ਵੇਲੇ ਤੋਂ ਹੀ ਨਾਮ ਧਾਰੀ ਸੱਜਿਆ ਆ ਰਿਹਾ ਹੈ ਸੋਹਰਾ ਪਰਵਾਰਸ਼ੀ ਸਤਗੁਰ ਪਟਾਪ ਸਿੰਘ ਜੀ ਦੇ ਵੇਲੇ ਤੋਂ ਨਾਮ ਧਾਰੀ ਹੈ ਸ਼੍ਰੀ ਸਤਗੁਰੂ ਜੀ ਦੇ ਚਰਣਾ ਨਾਲ ਪ੍ਰੀਤ ਬੀਬੀ ਜੀ ਦੀ ਐਨੀ ਹੈ ਕਿ ਸਾਧ ਸੰਗਤ ਦੀ ਸੇਵਾ ਤੇ ਸਤਗੁਰੂ ਜੀ ਦੀ ਸੇਵਾ ਕਰ ਲਈ ਸਤਗੁਰੂ ਜੀ ਦੇ ਹੁਕਮ ਵਿੱਚ ਰਹਿ ਕੇ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਹਨ ਆਪ ਦੀ ਸੇਵਾ ਕਰਨੀ ਹੀ ਹੈ ਦੂਜਿਆਂ ਦੀ ਵੀ ਅਗਵਾਈ ਕਰਕੇ ਮਰਦਾਂ ਵਾਂਗ ਸੇਵਾ ਕਰਵਾਉਣ ਦਾ ਵੀ ਹੁਨਰ ਹੈ ਉਹਨਾਂ ਵਿੱਚ ਐਸੀ ਸੇਵਾ ਭਾਵਨਾ ਕਰਕੇ ਹੀ ਅੱਜ ਸੰਸਾਰ ਦੇ ਸਾਰੇ ਸੁੱਖ ਹਨ ਇੱਕ ਵਾਰੀ ਬੀਬੀ ਸ਼ਾਂਤੀ ਦੀ ਲੜਕੀ ਨੇ ਸ੍ਰੀ ਸਾਧਗੁਰੂ ਜੀ ਅੱਗੇ ਅਰਜ਼ ਕੀਤੀ ਗਰੀਬ ਨਿਵਾਜ ਜੀਓ ਸਾਨੂੰ ਵੀ ਬੀਬੀ ਅਰਬਨ ਸਕਰ ਵਰਗਾ ਨਰਵਾ ਸਰੀਰ ਦੇ ਦਿਓ ਕਿਉਂਕਿ ਉਸ ਬੀਬੀ ਦਾ ਕੱਦ ਛੋਟਾ ਸੀ ਤੇ ਬੀਬੀ ਅਰਬਨ ਸਕਰ ਜੀ ਦੇ ਤਾਂ ਵੀ ਉੱਚੇ ਲੰਮੇ ਸਨ ਤਾਂ ਸਾਧਗੁਰੂਆਂ ਨੇ ਬਚਨ ਕੀਤਾ ਬੇ ਤਾਂ ਬੀਬੀ ਅਰਬਨ ਸਕਰ ਵਰਗੀ ਮੰਗਦੇ ਹੋ ਤੇ ਇਹ ਨਹੀਂ ਮੰਗ ਮੰਗਦੇ ਕਿ ਬੀਬੀ ਅਰਬਨ ਸਕਰ ਪੈਸੇ ਵੱਲੋਂ ਸਾਡੇ ਵਰਗੀ ਹੋ ਜਾਏ ਬਸ ਸਤਗੁਰ ਜਗਜੀਤ ਸਿੰਘ ਜੀ ਨੇ ਆਪਣੇ ਨਾ ਬਚਨਾ ਵਿੱਚ ਬੀਬੀ ਅਰਬੰਸਕਰ ਨੂੰ ਵਾਰ ਦੇ ਦਿੱਤਾ ਬੀਬੀ ਅਰਬੰਸਕਰ ਦਾ ਕਹਿਣਾ ਹੈ ਕਿ ਅੱਜ ਸੱਚੇ ਪਾਤਸ਼ਾਹ ਜੀ ਦੇ ਇੱਕ ਪਵਿੱਖਤ ਵਾਕ ਵੀ ਇਹ ਪਵਿੱਖਤ ਵਾਕ ਵੀ ਪੂਰੇ ਹੋਤ ਰਹੇ ਹਨ ਲੜਕੀਆਂ ਲੜਕੇ ਸਭ ਗੁਰਸਿੱਖ ਵਿੱਚ ਪੂਰੇ ਹਨ ਕਿਸੇ ਚੀਜ਼ ਦੀ ਘਾਟ ਨਹੀਂ ਹੈ ਇੱਕ ਵਾਰੀ ਪੂਜਯਾ ਮਾਤਾ ਚੰਦਗੌਰ ਜੀ ਨੇ ਮੰਡੀ ਦਰਸ਼ਨ ਦਿੱਤੇ। ਸ਼੍ਰੀ ਭੈਣੀ ਸੇਵ ਸਰੋਵਰ ਬਣਨਾ ਸੀ। ਮਾਤਾ ਜੀ ਨੇ ਹਰਬੰਸ ਘਰ ਨੂੰ ਹੁਕਮ ਕੀਤਾ ਕਿ 1 ਲੱਖ ਰੁਪਿਆ ਤੁਹਾਡੇ ਵੱਲੋਂ ਚਾਹੀਦਾ ਹੈ। ਸੱਤ ਬਚਨ ਕਹਿ ਬੀਬੀ ਹਰਬੰਸ ਘਰ ਉਗराई ਕਰਨ ਜੁਟ ਗਈ। ਘਰ ਘਰ ਜਾ ਕੇ ਲੋਕਾਂ ਨੂੰ ਪ੍ਰੇਰਿਆ ਅਤੇ ਲੋਕਾਂ ਕੋਲੋਂ ਕੀ ਖੁੱਲੇ ਤੇ ਕੀ ਨਾਮਦਾਰੀ ਕੀ। ਸਭਨਾਂ ਕੋਲੋਂ ਸੋਨਾ ਅਤੇ ਰੁਪਇਆ ਇਕੱਠਾ ਕੀਤਾ। ਇੱਕ ਸੇਟ ਦੀ ਮਾਤਾ ਬੜੀ ਬਿਮਾਰ ਸੀ। ਉਨੂੰ ਕਿਹਾ ਕਿ ਮਾਤਾ ਦਾ ਕੜਾ ਤੇ ਮੁੰਦਰੀ দান ਕਰੋ ਤੇ ਤੁਹਾਡੀ ਮਾਤਾ ਦਾ ਛੁਟਕਾਰਾ ਹੋ ਜਾਵੇਗਾ ਮਾਤਾ ਸਿੱਧੀ ਦਰਗਾਹ ਨੂੰ ਹੀ ਚਲੀ ਜਾਵੇਗੀ ਚੌਥੇ ਦਿਨ ਮਾਤਾ ਚੜ੍ਹਾਈ ਘਰ ਗਈ ਕੜਾ ਤੇ ਮੁੰਦਰੀ 15000 ਰੁਪਏ ਦਾ ਵੀ ਕਿਹਾ ਇਸ ਤਰ੍ਹਾਂ 1,30,000 ਰੁਪਈਆ ਇਕੱਠਾ ਕਰਕੇ ਬੀਬੀ ਹਰਬੰਸ ਕੋਰ ਨੇ ਹੋਰ ਬੀਬੀਆਂ ਤੇ ਸੂਬਾਜੀ ਸਮੀਤ ਸ਼੍ਰੀ ਰਿਪੈਂਡ ਸੇ ਮਾਤਾ ਜੀ ਨੂੰ ਆਣ ਮੱਥਾ ਟੇਕਿਆ ਸੱਚੇ ਬਾਸ਼ਾ ਜੀ ਦਾ ਸ਼੍ਰੀ ਜੀਵਨ ਨਗਰ ਦੌਰਾ ਸੀ ਮੰਡੀ ਵਾਲੀਆਂ ਮਾਈਆਂ ਵੀ ਮਾਤਾ ਜੀ ਨਾਲ ਲੈ ਗਏ ਉੱਥੇ ਸੱਚੇ ਬਾਸ਼ਾ ਜੀ ਪੁੱਛਿਆ ਕਿਸ ਤਰ੍ਹਾਂ ਆਏ ਹੋ ਮਾਤਾ ਹਰਬੰਸ ਕੌਰ ਨੇ ਉੱਤਰ ਦਿੱਤਾ ਜੀ ਆਪ ਜੀ ਜਾਣੀ ਜਾਣ ਹੋ ਤਾਂ ਧੰ ਸਤਗੁਰ ਜਗਜੀਤ ਸਿੰਘ ਜੀ ਜਿਨ੍ਹਾਂ ਬੀਬੀ ਨੂੰ ਕਿਹਾ ਇਹ ਹਰਬੰਸ ਕੌਰ ਨਹੀਂ ਇਹ ਹਰਬੰਸ ਸਿੰਘ ਹੈ ਵਾ ਵਾ ਮਰਦਾ ਵਾਂਗੋ ਕਾਮਤੇ ਕਰਦੇ ਹੀ ਸੀ ਮਰਦਾ ਦਾ ਨਾਮ ਵੀ ਦੇ ਦਿੱਤਾ ਮਾਤਾ ਹਰਬੰਸ कौर ਦੀ ਨੂੰਹ ਦੇ ਘਰ 3 ਬੱਚੇ ਹੋਏ ਚੜਾਈ ਕਰ ਗਏ ਦੋ ਲੜਕੇ ਤੇ ਇੱਕ ਲੜਕੀ ਤਿੰਨੋਂ ਹੀ ਚੜਾਈ ਕਰ ਗਏ ਲੜਕੀ ਦੇ ਮਾਤਾ ਪਿਤਾ ਨੇ ਕਿਸੇ ਪੰਡਿਤ ਨੂੰ ਲੜਕੀ ਦਾ ਟੇਵਾ ਦਿਖਾਇਆ ਉਹ ਕਹਿਣ ਲੱਗਾ ਕਿ ਬੀਬੀ ਦੇ ਕਰਮਾ ਵਿੱਚ 3 ਬੱਚੇ ਹੀ ਸਨ ਜਿਹੜੇ ਕਿ ਖਤਮ ਹੋ ਗਏ ਹਨ ਹੋਣ ਹੋਰ ਕੋਈ ਮੌਕਾ ਨਹੀਂ ਹੈ ਸਾਰੇ ਬੜੇ ਪਰੇਸ਼ਾਨ ਹੋ ਗਏ ਪਰ ਬੀਬੀ ਹਰਬੰਸਕੌਰ ਨੂੰ ਆਪਣੇ ਸਾਧਗੁਰ ਜੀ ਤੇ ਪੂਰਾ ਪੂਰਾ ਪਰੋਸਾ ਸੀ ਜੀ ਸਾਧਗੁਰ ਜਗਜੀਤ ਸਿੰਘ ਜੀ ਨੇ ਮੰਡੀ ਦਰਸ਼ਨ ਦਿੱਤੇ ਬੀਬੀ ਹਰਬੰਸਕੌਰ ਆਪਣੀ ਨੂੰ ਪੁੱਤਰ ਨੂੰ ਨਾਲ ਲੈ ਕੇ ਸਾਹ ਸੰਗਤ ਵਿੱਚ ਜਾ ਸਾਧਗੁਰ ਜੀ ਦੇ ਸਨਮੁਖੋਈ ਪੋਤਰੇ ਲਈ ਅਰਜ਼ੀ ਕੀਤੀ ਸਾਧਗੁਰ ਜੀ ਹੁਕਮ ਕੀਤਾ 40 ਦਿਨ ਸੋਧ ਰੱਖੋ ਭਜਨ ਭਗਤੀ ਦੀ ਮਾਲਾ ਕਰਕੇ ਅਰਦਾਸ ਕਰੋ ਸਿਸਾਗੂ ਪਟਾਪ ਸਿੰਘ ਜੀ ਕਿਰਪਾ ਕਰਨਗੇ ਸਤਿਵਚਨ ਗਏ ਦੋਈ ਨੂੰ ਸਾਸ ਨੇ ਹੁਕਮ ਮੰਨ ਕੇ ਸੋਧ 랙 ਲਈ ਅਜੇ 40 ਦਿਨ ਪੂਰੇ ਹੋਈ ਨਹੀਂ ਸੰ ਕਿ ਬੱਚੇ ਦੀ ਆਸ বাজ ਗਈ ਰਾਤ ਨੂੰ ਸੁਪਨੇ ਵਿੱਚ ਪਾਸ਼ਾ ਜੀ ਦੇ ਕੋਲੋਂ ਬੱਚਾ ਉੱਠ ਕੇ ਬੀਬੀ ਹਰਬੰਸ ਕੋ ਅਰਦੀ ਗੋਦੀ ਵਿੱਚ ਜਾ ਬੈਠਾ ਬੀਬੀ ਨੂੰ ਪੱਕਾ ਭਰੋਸਾ ਹੋ ਗਿਆ ਉਸ ਨੂੰ ਅਧਿਕਾਰ ਹੁਣ ਦੋ ਲੜਕੇ ਹਨ ਇੱਕ ਬੱਚਾ 8-9 ਸਾਲ ਦਾ ਤੇ ਇੱਕ 5 ਕੁ ਸਾਲ ਦਾ ਹੈ। ਬੱਚਾ ਇੰਨੀ ਸੇਵਾ ਕਰਦਾ ਹੈ ਕਿ ਲੰਗਰ ਵਿੱਚ ਲੰਗਰ ਵਰਤੌਣ, ਭਾਂਡੇ ਮਾਂਜਣ ਵਿੱਚ ਹੀ ਉਸ ਦਾ ਧਿਆਨ ਰਹਿੰਦਾ ਹੈ। ਸ਼੍ਰੀ ਸਾਗੂ ਪ੍ਰਤਾਪ ਸਿੰਘ ਜੀ ਦੇ ਕੌਤਕ ਬਾਰੇ ਬੀਬੀ ਜੀ ਨੇ ਦੱਸਿਆ ਕਿ ਜਦੋਂ ਸ਼੍ਰੀ ਸਾਗੂ ਪ੍ਰਤਾਪ ਸਿੰਘ ਜੀ ਨੇ ਬੇਰਾウਲਾ ਕਰਨਾ ਸੀ ਤਾਂ ਪਹਿਲਾਂ ਮੰਡੀ ਦਰਸ਼ਨ ਦਿੱਤੇ। ਕੋਠੀ ਪਹੁੰਚ ਕੇ ਹੁਕਮ ਕੀਤਾ ਲੋਹੇ ਦਾ ਤਾਲਾ ਮਾਰ ਦਿਓ ਕੋਈ ਅੰਦਰ ਨਾ ਆਵੇ। ਬੀਬੀ ਦੇ ਮਨ ਵਿੱਚ ਆਇਆ ਤੇ ਉਹ ਕਹਿਣ ਲੱਗੀ ਕਿ ਮੈਂ ਤਾਂ 사ਗੁਰ ਜੀ ਦਾ ਲੰਗਰ ਕਰਨਾ ਸੀ ਨਾਲੇ ਚਰਨ ਪਵਾਉਣੇ ਸਨ ਕਿ 사ਤਗੁਰਾਂ ਨੇ ਇੱਕ ਹੀ ਹੁਕਮ ਕਰ ਦਿੱਤਾ ਹੈ ਜਾਨੀ ਜਾਨ ਅੰਤਰਜਾਮੀ 사ਗੂ ਪ੍ਰਤਾਪ ਸਿੰਘ ਜੀ ਨੇ ਉਸੇ ਵਕਤ ਹੁਕਮ ਕੀਤਾ ਰਤਨ ਸਿੰਘਾ ਚੁੱਕ ਆਪਣੇ ਭਾਂਡੇ ਤੇ ਚੱਲ ਬੀਬੀ ਵਾਲ ਲੰਗਰ ਕਰੀਏ ਸੇ 사ਗੂ ਪ੍ਰਤਾਪ ਸਿੰਘ ਜੀ ਨੇ ਰਤਨ ਸਿੰਘ ਲਾਂਗਰੀ ਨੂੰ ਭੇਜ ਲੰਗਰ ਕੀਤਾ ਤੇ ਘਰ ਚਰਨ ਪਾਏ ਜਦੋਂ 사ਤਗੁਰ ਜੀ ਦੇ ਦੌਲਾ ਕਰ ਗਏ ਤਾਂ ਮੰਡੀ ਉਹਨਾਂ ਨਿਮਿਤ ਪਾਠ ਰੱਖਿਆ ਗਿਆ ਸੱਚੇ ਪਾਤਸ਼ਾਹ ਸੀ ਸਾਗੂ ਜਗਜੀਤ ਸਿੰਘ ਜੀ ਨੇ ਆਨ ਦਰਸ਼ਨ ਦਿੱਤੇ ਖੂ ਦਾ ਟਾਕਲਾ ਆਇਆ ਜਿਹੜੇ ਖੂ ਤੇ ਕੰਮ ਕਰਦੇ ਸਨ ਉਹਨਾਂ ਲਈ ਹੁਕਮ ਕੀਤਾ ਮਾਇਓ ਲਿਆਓ ਪ੍ਰਸ਼ਾਦੇ ਇੱਥੇ ਹੀ ਛਕੀਏ ਮਾਈਆਂ ਆਪਣੇ ਘਰਾਂ ਤੋਂ ਪ੍ਰਸ਼ਾਦੇ ਲੈ ਆਈਆਂ ਟੋਕਰਾਂ ਭਰ ਗਿਆ ਬੀਬੀ ਹਰਬੰਸ कौर ਖੰਡ ਤੇ ਘੋੜ ਲਾ ਕੇ ਬਾਟਾ ਭਰ ਲਿਆਈ ਪੰਡਤ ਗੋਪਾਲ ਸਿੰਘ ਜੀ ਨੂੰ ਬਾਟਾ ਫੜਾਉਣ ਲੱਗੇ ਪੰਡਿਤ ਜੀ ਨੇ ਕਿਹਾ ਬੀਬੀ ਆਹ ਕੀ ਹੱਥ ਲਵੇੜਨ ਲਈ ਲੈ ਆਈ ਐ ਐਨੇ ਨੂੰ ਸ਼ਿ ਸਾਗੁਰ ਜਗਜੀਤ ਸਿੰਘ ਜੀ ਨੇ ਹੁਕਮ ਕੀਤਾ ਪੰਡਤ ਜੀ ਨੂੰ ਕੀ ਦਿੰਦੇ ਹੋ ਇਹ ਤੇ ਸਿਰਫ دیਵਾਨ ਲਾਉਣੇ ਜਾਣਦੇ ਹਨ ਲਿਆ ਬੀਬੀ ਮੈਨੂੰ ਫੜਾ ਸਾਗੁਰ ਜੀ ਨੇ ਬੀਬੀ ਦੇ ਹੱਥੋਂ ਆਪ ਗੜਵਾ ਫੜ ਲਿਆ ਗੜਗੇ ਗੜਵੇ ਵਿੱਚ ਖੰਡ ਕਿਉ ਪਾ ਪਾ ਤੇ ਲੱਗੇ ਆਪ ਹੀ ਖੰਡ ਕਿਉ ਵਰਤੌਣ ਸੰਗਤਾਂ ਨੂੰ ਇਰਵਲਸਰ ਦੀ ਕੋਠੀ ਬਣ ਰਹੀ ਸੀ ਮਾਈਆਂ ਬੀਬੀਆਂ ਸੇਵਾ ਕਰਦੀਆਂ ਨਾ ਥੱਕਣ ਸੱਚੇ ਪਾਤਸ਼ਾਹ ਸੀ ਸਾਗੂ ਜਗਜੀਤ ਸਿੰਘ ਜੀ ਆਪ ਤਸਲੇ ਫੜਨ ਮਸਾਲੇ ਦੇ ਬੀਬੀਆਂ ਹੱਥੋਂ ਜਦੋਂ ਸਲੈਬ ਪੈ ਗਿਆ ਤੇ ਹੁਕਮ ਕੀਤਾ ਇਹਨਾਂ ਬੀਬੀਆਂ ਦੀ ਬੜੀ ਸੇਵਾ ਹੈ ਇਹਨਾਂ ਬੀਬੀਆਂ ਦਾ ਥਾਂ ਇਹਨਾਂ ਬੀਬੀਆਂ ਦੀ ਥਾਂ ਸੇਵਾ ਅੱਜ ਮੈਂ ਕਰਾਂਗਾ ਇਨਾਂ ਦੇ ਬਰਤਨ ਅਜ ਮੈਂ ਮਾਂਜਾਂਗਾ ਬੀਬੀਆਂ ਨੇ ਬਹੁਤ ਅਰਜ਼ ਕੀਤੀ ਕਿ ਪਾਸ਼ਾ ਜੀ ਐ ਆਪ ਜੀ ਕੀ ਕਰਦੇ ਹੋ ਜੀ ਪਾਸ਼ਾ ਜੀ ਡੰਡਾ ਫਾੜ ਕੇ ਖੜੇ ਹੋ ਗਏ ਹੁਕਮ ਦਿੱਤਾ ਜਿਹੜੀ ਬੀਬੀ ਆਪਣਾ ਜੁੱਠਾ ਥਾਲਾ ਹੋਰ ਕਿਤੇ ਲੈ ਕੇ ਜਾਵੇਗੀ ਉਸ ਨੂੰ ਇਸ ਡੰਡੇ ਨਾਲ ਮਾਰ ਪਏਗੀ ਤਨਹਨ ਸ਼ਹੀਦ ਸਾਗੁਰ ਜਗਜੀਤ ਸਿੰਘ ਜੀ ਮਹਾਰਾਜ ਮਾਈਆਂ ਬੀਬੀਆਂ ਦੇ ਜੁੱਠੇ ਬਰਤਨ ਸਾਧਗੁਰਾਂ ਨੇ ਆਪਣੇ ਆਪ ਮਾਂਜੇ ਮਾਈਆਂ ਕੋਲ ਖੜੀਆਂ ਵੇਖਦੀਆਂ ਰਹੀਆਂ ਏ ਹੈ ਸ੍ਰੀ ਸਾਧਗੁਰ ਜਗਜੀਤ ਸਿੰਘ ਜੀ ਤੇ ਸਾਧ ਸੰਗਤ ਦੀ ਸੇਵਾ ਸੇਵਾ ਵੀ ਉਹ ਜਿਹੜੀ ਸਾਧਗੁਰ ਨੂੰ ਮਨਜ਼ੂਰ ਹੋਵੇ ਸਾਹ ਸੇਵਾ ਕੀਤੀ ਸਫਲ ਹੈ ਜਿਸ ਸਾਧਗੁਰ ਕਾਮਨ ਮੰਨੇ ਮੰਡੀ ਦੀਆਂ ਮਾਈਆਂ ਦੀ ਸੇਵਾ ਸਫਲ ਹੈ ਜੀਦੇ ਤੇ ਸਾਧਗੁਰ ਜੀ ਵੀ ਖੁਸ਼ ਹਨ ਮਾਤਾ ਰਬੰਸੌਰ ਜੀ ਦਾ ਲड़का ਹੈ ਟਾਈਗਰ ਲੜਕੇ ਟਾਈਗਰ ਬਾਰੇ ਉਹ ਆਪ ਹੀ ਦੱਸਦੇ ਹਨ ਕਿ ਉਹ ਖੁੱਲੇ ਵਿਚਾਰਾਂ ਦਾ ਸੀ ਸਭ ਕੁਝ ਖਾਂਦਾ ਪਿੰਦਾ ਸੀ ਦਿੱਲੀ ਉਸ ਦਾ ਆਨੰਦ ਕਾਰਜ ਕਰਨਾ ਸੀ ਰਾਤ ਨੂੰ ਸੁੱਤਾ ਪਿਆ ਸੀ ਅਚਾਨਕ ਬੱਦਲ ਗਰਜਣ ਤੇ ਬਿਜਲੀ ਦੇ ਡਿੱਗਣ ਦੀ ਆਵਾਜ਼ ਆਈ ਬਿਜਲੀ ਦੀਆਂ ਤਾਰਾਂ ਟੁੱਟ ਕੇ ਉਹਦੇ ਉੱਤੇ ਡਿੱਗਣ ਲੱਗਿਆਂ ਤਾਂ ਉਸ ਨੇ ਤੀਜੀ ਬੰਜਲ ਤੋਂ ਢੇਠਾ ਛਾਲ ਮਾਰ ਦਿੱਤੀ ਉਸ ਨੂੰ ਸੱਟਾਂ ਤਾਂ ਬਹੁਤ ਲੱਗੀਆਂ ਆਨੰਦ ਕਾਰਜ ਵੇਲੇ ਲਾਵਾ ਵੀ ਉਸ ਨੇ ਲੰਗੜਾਉਂਦਿਆਂ ਲੱਤ ਨਾਲ ਲਈਆਂ ਪਰ ਉਸ ਨੂੰ ਚੰਗੀ ਤਰ੍ਹਾਂ ਵਿਸ਼ਵਾਸ ਹੋ ਗਿਆ ਕਿ ਸਤਗੁਰੂ ਜੀ ਨੇ ਹੀ ਉਸ ਨੂੰ ਬਚਾਇਆ ਹੈ ਫਿਰ ਜੀ ਸਤਗੁਰੂ ਜੀ ਨੇ ਰਸਤੇ ਵਿੱਚ ਗੱਡੀ ਰੋਕੀ ਉਸ ਨੇ ਅਗਾਹ ਹੋ ਮੱਥਾ ਟੇਕਿਆ ਤਾਂ ਪਾਸ਼ਾ ਜੀ ਹੁਕਮ ਕੀਤਾ ਤੂੰ ਸਾਰਾ ਕੁਝ ਛੱਡ ਦੇ ਫਿਰ ਵੇਖ ਮੈਂ ਤੈਨੂੰ ਕੀ ਕੀ ਦੇਣਾ ਹ ਉਸ ਨੇ ਬਚਨ ਮੰਨ ਲਿਆ ਤੇ ਉਹ ਅੱਜ ਲੱਖਾਂ ਕਰੋੜਾਂ ਵਿੱਚ ਖੇਡਦਾ ਹੈ ਖੁੱਲਿਆਂ ਦੀ ਲੜਕੀ ਵਿਆਹ ਕੇ ਲਿਆਉਂਦੀ ਸੀ ਪਰ ਉਹ ਲੜਕੀ ਨਾਮ ਸਿਮਰਨ ਕਰਨ ਸੋਧ ਮਰਿਆਦਾ ਰੱਖਣ ਵਿੱਚ ਸਭ ਤੋਂ ਅੱਗੇ ਨਿਕਲ ਗਈ ਹੈ ਇਹ ਕਿਰਪਾ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੀ ਹੈ ਜਿਹੜੀ ਇਸ ਦੇ ਮਾਤਾ ਪਿਤਾ ਜਥੇਦਾਰ Pritam Singh ਤੇ Bibi Harbans Kaur ਕਰਕੇ ਪ੍ਰਾਪਤ ਹੋਈ ਹੈ ਸਾਰੇ ਆਕਲਿਏ ਤਾਂ ਸੇਵੀ ਸਤਗੁਰੂ ਜਗਜੀਤ ਸਿੰਘ ਜੀ